अज दुनिया दे विच बीमारियां वध रहियां, इंसान बीमारियां नाल ग्रस्त हो रहा, उन्हों देखते हुए अज कपूरथला के पिंड डैनवेंड विखे गुरु नानक पेशेंट केयर सेंटर खुला है, जो कि NGO द्वारा खुला है। अज असी मैडम जी नाल गलबात करांगे, सिंह साहब ना ते की ना तुहाडा जी। मैडम जी स्वागत है, वाहिगुरु जी का खालसा। वाहिगुरु जी का खालसा, वाहिगुरु जी की फतेह। हाँ जी, मैं अमनदीप कौर हाँ जी। हाँ जी, ये ਕਿਹੜੇ ਨਾਂ ਤੇ ਹਸਪਤਾਲ ਖੁੱਲ੍ਹਾ ਹੈ ਤੇ ਇੱਥੇ ਕੀ ਕੀ ਪ੍ਰੋਬਲਮਾਂ ਹੱਲ ਕੀਤੀਆਂ ਜਾਂ? ਇੱਥੇ ਗੁਰੂ ਨਾਨਕ ਦੇਵ ਪੇਸ਼ੈਂਟ ਕੇਅਰ ਹਸਪੀਟਲ ਹੈ। ਹਾਂਜੀ, ਇਹ ਗੁਰੂ ਨਾਨਕ ਇਹ ਸਿੱਖੇਡ ਵੱਲੋਂ ਖੋਲ੍ਹਿਆ ਗਿਆ ਹੈ, USA ਤੋਂ NGO ਹੈ। ਹਾਂਜੀ, ਇੱਥੇ ਕਿਹੜੀ ਕਿਹੜੀਆਂ ਸਹੂਲਤਾਂ, ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ? ਇੱਥੇ ਦੇਖੋ ਜੀ, ਸਾਰੇ ਇਲਾਜ ਕੀਤੇ ਜਾਂਦੇ ਨੇ, ਜਿਵੇਂ ਕਿ ਸਿਰ ਦਾ ਮੇਨ ਇਲਾਜ ਕੀਤਾ ਜਾਂਦਾ ਇੱਥੇ, ਸਿਰ ਦੀਆਂ ਰੀੜ੍ਹ ਦੀ ਹੱਡੀ ਦੇ, ਜਿਵੇਂ ਪੇਟ ਦੀਆਂ ਰਸੋਲੀਆਂ, ਟਾਈਫਾਇਡ, ਬੁਖਾਰ ਵਗੈਰਾ, ਨੋਰਮਲੀ ਤੋਂ ਲੈ ਕੇ ਵੱਡੀ ਬਿਮਾਰੀ ਤੱਕ ਸਾਰੇ ਇਲਾਜ ਕੀਤੇ ਜਾਂਦੇ ਨੇ। ਇੱਥੇ ਆਮ ਬੰਦਾ ਵੀ, ਗਰੀਬ ਬੰਦਾ ਵੀ ਇਲਾਜ ਕਰਾ ਸਕਦਾ? ਹਾਂਜੀ ਬਿਲਕੁਲ, ਉਹ ਘੱਟ ਰੇਟਾਂ 'ਤੇ ਇਹ ਸਾਰਾ ਕੁਝ ਸੁਵਿਧਾ ਦਿੱਤੀ ਜਾਂਦੀ ਹੈ। ਜਿਹੜਾ ਬਹੁਤ ਜ਼ਿਆਦਾ ਨਹੀਂ ਰੇਟ ਦੇ ਸਕਦੇ, ਉਹਨਾਂ ਨੂੰ ਹਾਫ ਰੇਟ, ਜਿਹੜੇ ਦੇ ਹੀ ਨਹੀਂ ਸਕਦੇ ਉਹਨਾਂ ਦਾ ਫ੍ਰੀ ਵੀ ਇਲਾਜ ਕੀਤਾ ਜਾਏਗਾ। ਜਿੱਦਾਂ ਮਰੀਜ਼ਾਂ ਕੋਲ ਆਪਣੇ ਸਾਧਨ ਨਹੀਂ ਹੁੰਦਾ ਐਟ ਏ ਟਾਈਮ, ਉਹਦੀ ਕੋਈ ਸਹੂਲਤ ਹੈ? ਜੀ ਹਾਂਜੀ, 24 ਘੰਟੇ ਜਿਹੜੀ ਆ ਐਂਬੂਲੈਂਸ ਦੀ ਸੇਵਾ ਦਿੱਤੀ ਗਈ ਹੈ। ਅਤੇ ਹੋਰ ਮਰੀਜ਼ਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਆਪਦੇ ਨੂੰ ਸੰਦੇਸ਼? ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਬਾਕੀ ਹੋਸਪਿਟਲ ਖੁੱਲ੍ਹ ਰਹੇ ਨੇ, ਉਹਨਾਂ ਵਿੱਚ ਜਿੱਦਾਂ ਠੱਗੀ ਵਗੈਰਾ, ਜਿੱਦਾਂ ਉਹ ਟੈਸਟ ਕਰਨ ਵਿੱਚ ਗਲਤ ਕਰ ਦਿੰਦੇ ਨੇ ਕਈ, ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਹੀ ਰੇਟਾਂ 'ਤੇ ਇਲਾਜ ਸਹੀ ਹੋ ਜਾਏਗਾ, ਤੁਸੀਂ ਇੱਥੇ ਆਓ ਅਤੇ ਆਪਣਾ ਇਲਾਜ ਕਰਾਓ ਅਤੇ ਖੁਸ਼ਹਾਲ ਜੀਵਨ ਜੀਓ, ਬਿਲਕੁਲ ਸਵਸਥ। ਅੱਜ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਕਿ ਇਸ ਪਿੰਡ ਡੈਨਵਿੰਡ ਦੇ ਵਿੱਚ ਗੁਰੂ ਨਾਨਕ ਪੇਸ਼ੈਂਟ ਕੇਅਰ ਸੈਂਟਰ ਖੁੱਲ੍ਹਾ, ਅਤੇ ਤੁਸੀਂ ਇਸ ਬਾਰੇ ਵਿਸਤਾਰ ਸਹਿਤ ਚਾਨਣਾ ਪਾਓ। ਬਿਲਕੁਲ ਜੀ, ਇਹ ਆਪਣਾ ਜਿਹੜਾ ਗੁਰੂ ਨਾਨਕ ਪੇਸ਼ੈਂਟ ਹੋਸਪਿਟਲ ਹੈ, ਇਹ ਕੇਅਰ ਸੈਂਟਰ, ਇਹ ਆਪਣਾ ਕਪੂਰਥਲੇ ਤੋਂ ਕਰਤਾਰਪੁਰ ਰੋਡ 'ਤੇ, ਇਹ ਅਰਜਨ ਪੈਲਸ ਆ, ਅਰਜਨ ਪੈਲਸ ਦੇ ਬਿਲਕੁਲ ਨਾਲ ਹੈ। ਔਰ ਅਸੀਂ ਇਹ ਜਿਹੜਾ ਬਹੁਤ ਹੀ ਘੱਟ ਰੇਟ, ਬਹੁਤ ਸਸਤਾ ਹੋਸਪਿਟਲ ਹੈ, ਜਿਹੜਾ ਸਾਡੇ USA ਟੀਮ ਉੱਧਰੋਂ, ਉਹਨਾਂ ਨੇ ਉਹ ਓਪਨਿੰਗ ਸੀ ਅੱਜ, ਤਾਂ ਅਸੀਂ ਸੰਗਤ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇੱਥੇ ਵੱਧ ਤੋਂ ਵੱਧ ਸਿੱਖ ਐਡ ਦੇ ਨਾਲ ਜੁੜੋ, ਔਰ ਜਿਹੜੇ ਦੂਸਰੇ ਹੋਸਪਿਟਲ ਆ, ਵੱਧ ਤੋਂ ਵੱਧ ਉਹਨਾਂ ਦਾ ਖਰਚਾ ਹੁੰਦਾ, ਇਸੇ ਘੱਟ ਤੋਂ ਘੱਟ ਉਹਨਾਂ ਦਾ ਖਰਚਾ ਹੋਊਗਾ ਜੀ। ਹਾਂਜੀ, ਇੱਥੇ ਮਾਲਕ ਦਾ, ਜਿਹੜੇ NGO ਜਿਹੜੇ ਤੁਸੀਂ ਕਹਿੰਦੇ ਬਾਹਰ ਰਹਿੰਦੇ, ਉਹਨਾਂ ਦਾ ਕੀ ਨਾਮ? ਉਹ ਸਾਡੇ ਵੀਰ ਓਂਕਾਰਦੀਪ ਸਿੰਘ ਜੀ ਗਿੱਲ ਹੈ ਜੀ, USA ਤੋਂ। ਹਾਂਜੀ, ਉਹਨਾਂ ਵੱਲੋਂ ਇਹ ਕੇਅਰ ਸੈਂਟਰ, ਜਿਹੜਾ ਗੁਰੂ ਨਾਨਕ ਪੇਸ਼ੈਂਟ ਕੇਅਰ ਸੈਂਟਰ, ਉਹਨਾਂ ਵੱਲੋਂ ਇਹ ਖੋਲ੍ਹਿਆ ਗਿਆ, ਔਰ ਲੋੜਵੰਦ ਪਰਿਵਾਰਾਂ ਵਾਸਤੇ ਹੀ ਖੋਲ੍ਹਿਆ ਗਿਆ ਹੈ, ਜੋ ਕਿ ਲੋੜਵੰਦ ਪਰਿਵਾਰ ਜਿਹੜਾ ਬਿਲਕੁਲ ਹੀ ਖਰਚਾ ਨਹੀਂ ਕਰ ਸਕਦਾ, ਉਹ ਸਿੱਖ ਹੈਡ ਨੂੰ ਫ੍ਰੀ ਇਲਾਜ ਕੀਤਾ ਜਾਊਗਾ ਉਹਨਾਂ ਦਾ। ਇਹ ਪਹਿਲੀ ਬ੍ਰਾਂਚ ਹੈ ਸਰ ਕਿ ਕਈ ਬ੍ਰਾਂਚ ਹੈਗੀਆਂ? ਨਹੀਂ, ਇੱਥੇ ਪਹਿਲੀ ਬ੍ਰਾਂਚ ਹੈ, ਉੱਦਾਂ ਇਹ ਜਿਹੜਾ ਸਾਡਾ ਸੇਵਾ ਦਾ ਕੰਮ ਜਿਹੜਾ NGO ਦਾ ਵਾ, ਉਹ ਸਾਨੂੰ ਤਕਰੀਬਨ 8-10 ਸਾਲ ਹੋ ਗਿਆ, ਅਸੀਂ ਪਹਿਲਾਂ ਪਿੰਡਾਂ 'ਚ ਜਾਂਦੇ ਸੀਗੇ, ਫਿਲਹਾਲ ਹੁਣ ਜੋ ਸਾਡੇ ਓਂਕਾਰ ਵੀਰ ਦੀਪ ਸਿੰਘ ਹੋਣੀ ਆ, ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਆਪਾਂ ਇੱਥੇ ਜਿਹੜੇ ਆ ਉਹਨਾਂ ਦਾ ਇਲਾਜ, ਪੇਸ਼ੈਂਟ ਜਿਹੜੇ ਆ ਉਹਨਾਂ ਦਾ ਇੱਥੇ ਹੋਸਪਿਟਲ ਇਲਾਜ ਹੋਇਆ ਕਰੂਗਾ। ਸਰ, ਨਸ਼ਿਆਂ ਦੀ ਦਲਦਲ ਵਿੱਚ ਨੌਜਵਾਨ ਪੀੜ੍ਹੀ ਗਰਕ ਹੋ ਰਹੀ ਹੈ, ਇੱਥੇ ਨਸ਼ਾ ਰੋਕਥਾਮ ਵੀ ਹੋਊਗੀ? ਹਾਂਜੀ, ਫਿਲਹਾਲ ਅਸੀਂ ਜਿਹੜਾ ਨਾ ਪੇਸ਼ੈਂਟ ਕੇਅਰ ਸੈਂਟਰ ਖੋਲ੍ਹਿਆ ਹੋਇਆ ਵਾ, ਹਜੇ ਨਸ਼ੇ ਦਾ ਜਿਹੜਾ ਉਹ ਵੀ ਅਸੀਂ ਕੈਂਪ ਹੌਲੀ ਹੌਲੀ ਕਰਾਂਗੇ, ਫਿਲਹਾਲ ਜਿਹੜਾ ਵਾ ਮਰੀਜ਼ਾਂ ਵਾਸਤੇ, ਜਿਹੜੇ ਲੋੜਵੰਦ, ਜਿਹੜੇ ਮੰਨ ਲਾ ਇਲਾਜ ਨਹੀਂ ਕਰਵਾ ਸਕਦੇ, ਹਾਂਜੀ ਉਹਨਾਂ ਵਾਸਤੇ ਆ, ਸਾਡੇ ਕੋਲ ਪੇਸ਼ੈਂਟ ਹੈਗੇ ਵੀ ਆ ਫਿਲਹਾਲ, ਜਿਹੜੇ ਅੱਜ ਉਹਨਾਂ ਨੂੰ ਐਡਮਿਟ ਕਰਵਾਇਆ ਵੀ ਗਿਆ ਵਾ, ਉਹ ਤਕਰੀਬਨ 1.5-2 ਸਾਲ ਤੋਂ, 3 ਸਾਲ ਤੋਂ ਸਿੱਖ ਹੈਡਲ ਉਹਨਾਂ ਦਾ ਇਲਾਜ ਚੱਲਦਾ ਹੈਗਾ। ਹਾਂਜੀ, ਇਹ ਸਨ ਸਾਡੇ ਨਾਲ ਸਿੰਘ ਸਾਹਿਬ, ਜਿਹੜੇ ਕਿ ਜਿਹਨਾਂ ਨੇ ਵਿਸਤਾਰ ਸਹਿਤ ਗੁਰੂ ਨਾਨਕ ਕੇਅਰ ਪੇਸ਼ੈਂਟ ਸੈਂਟਰ ਦਾ ਉਦਘਾਟਨ ਬਾਰੇ ਦੱਸਿਆ, ਵਿਸਤਾਰ ਬਾਰੇ ਦੱਸਿਆ। ਮੈਂ ਗੁਰਦੇਵ ਸਿੰਘ ਪੱਟੀ, ਅੱਜ ਦੀ ਆਵਾਜ਼ ਕਪੂਰਥਲਾ।